ਅੱਜ ਜਲੰਧਰ ਵਿਖੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਵੱਲੋਂ ਆਟੋ ਰੋਸ਼ ਯਾਤਰਾ ਕੱਢੀ ਜਾਣੀ ਸੀ ਜੋ ਕਿ ਜਲੰਧਰ ਦੇ ਲੰਮਾ ਪਿੰਡ ਚੌਂਕ ਤੋਂ ਸ਼ੁਰੂ ਹੋ ਕੇ ਵਡਾਲਾ ਚੌਂਕ ਵਿਖੇ ਸਮਾਪਤ ਹੋਣੀ ਸੀ ਜਿਸ 'ਤੇ ਜਲੰਧਰ ਪੁਲਿਸ ਵੱਲੋਂ ਇਹਨਾਂ ਨੂੰ ਰੋਕ ਕੇ ਸਿਮਰਨਜੀਤ ਸਿੰਘ ਬੈਂਸ ਲੋਕ ਇਨਸਾਫ਼ ਪਾਰਟੀ ਦੇ ਮੁੱਖ ਅਤੇ ਉਹਨਾਂ ਦੇ ਨਾਲ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿੱਤਾ ਉੱਥੇ ਹੀ ਇਸ ਮਾਮਲੇ ਵਿੱਚ DCP ਬਲਕਾਰ ਸਿੰਘ ਦਾ ਕਹਿਣਾ ਹੈ ਕਿ ਇਹ ਜੋ ਪ੍ਰਦਰਸ਼ਨ ਕਰ ਰਹੇ ਸੀ ਇਹ ਗੈਰ ਕਾਨੂੰਨੀ ਹੈ ਕਿਉਂਕਿ ਇਹਨਾਂ ਨੇ ਪ੍ਰਸ਼ਾਸਨ ਤੋਂ ਕੋਈ ਵੀ ਅਨੁਮਤੀ ਨਹੀਂ ਲਿੱਤੀ ਜਿਸ ਦੇ ਚੱਲਦੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਸਾਡੀ ਡਿਮਾਂਡ ਹੈਗੀ ਆ ਦਲਿਤ ਭੁੱਖਾ ਰਾਸ਼ੀ ਵੱਡਾ ਸਕੈਮ ਬਹੁਤ ਰੋੜੀ ਮੰਤਰੀ ਧਰਮਸੋਤ CBI ਦੀ ਜਾਂਚ ਦਿਓ ਇੱਕ ਵਾਰੀ ਸਾਡੇ ਦੋ ਵਾਰੀ ਥਾਣੇ ਬੰਦ ਕਰ ਲੈਣ FIR ਦੇ ਦੇਣ ਜੇਲ੍ਹ 'ਚ ਭੇਜ ਦੇਣ ਅਸੀਂ ਕਰਨ ਵਾਲੇ ਨਹੀਂ ਜਿੰਨੀ ਦੇਰ ਤੱਕ ਧਰਮਸੋਤ ਜਿਸਮਤ ਸਿੰਘ ਦਾ ਲੋਕ ਇਨਸਾਫ਼ ਪਾਰਟੀ ਦਾ ਸੰਘਰਸ਼ ਜਾਰੀ ਇਹ ਸਾਰਾ ਜਿਹੜਾ ਗੈਰ ਕਾਨੂੰਨੀ ਕੰਮ ਹੈਗਾ ਕਿਉਂਕਿ ਜਿਹੜਾ ਹਾਈ ਕੋਰਟ ਵੱਲੋਂ ਜਾਂ ਜਿਹੜਾ 144 ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਲੱਗੀ ਹੋਈ ਹੈ ਉਹਦੇ ਸੰਬੰਧ ਦੇ ਵਿੱਚ ਜਿਹੜਾ ਅਸੀਂ ਪ੍ਰੋਟੈਸਟ ਦੀ ਕੋਈ ਇਹਨਾਂ ਤੋਂ ਪਰਮਿਸ਼ਨ ਨਹੀਂ ਸੀ ਇਹਨਾਂ ਸਾਰੇ ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਨਹੀਂ ਅਸੀਂ ਹਰ ਜਿਹੜਾ ਕੋਈ ਵੀ ਪ੍ਰੋਟੈਸਟ ਨਿਕਲਦਾ ਉਹਦੇ ਖਿਲਾਫ਼ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਕਰਦੇ ਹਾਂ